ਦੱਸ ਤਾਂ ਦੋ, ਉਹ ਬਾਅਦ ਚੋਂ ਵਾਈਟ ਕਰ ਲਾਂਗੇ। ਨਿਬੜ ਗਿਆ ਨਹੀਂ ਕੁਛ ਨਹੀਂ ਨਿਬੜਿਆ, ਉਹ ਕੈਮਰੇ ਸਾਹਮਣੇ ਵਾਲੀ ਤਿਆਰ ਨਹੀਂ ਹੈਗਾ। ਕੀ ਕਹਿੰਦੇ ਉਹ ਕਹਿੰਦਾ ਉਹ ਆਣਾ ਨਹੀਂ ਹੈਗਾ ਕੈਮਰੇ ਸਾਹਮਣੇ। ਬਾਕੀ ਜਿਹੜਾ ਜਗਰੂਪ ਦਾ ਮਾਮਲਾ ਸੀਗਾ, ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ, ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਹਾਂ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ। ਠੀਕ ਆ, ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ। ਜਿਹੜਾ ਗਲਾਸ ਵਾਲਾ ਮੁੰਡਾ ਆ, ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਛ ਹੈ ਨਾ, ਉਹ ਕੈਮਰੇ ਸਾਹਮਣੇ ਆਉਣ ਲਈ ਮਨਾ ਕਰ ਰਿਹਾ। ਨਹੀਂ ਉਹਦੇ ਤੇ ਤਾਂ ਹਲੇ ਵੀ ਦਰਜ ਹੈ ਮਾਮਲਾ, ਉਹਦੇ ਤੇ ਹਲੇ ਵੀ ਦਰਜ ਹੈ। ਕੁਛ ਰਿਟਨ ਹੋਇਆ ਨਵਾਂ ਨਵਾਂ ਇਹ ਹੋਇਆ ਵਾ ਕਿ ਜਗਰੂਪ ਜਿਹੜਾ ਵਾ ਹਨਾ, ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ, ਤੇ ਉਹ ਇਹਨਾਂ ਨੇ ਫੜ ਲਿਆ ਸੀ, ਉਹਨੂੰ ਤਾਂ ਮੈਂ ਲਿਖਾਇਆ ਨਹੀਂ ਸੀਗਾ ਕੁਛ ਵੀ। ਠੀਕ ਆ, ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਆ। ਠੀਕ ਆ, ਤੇ ਜਿਹੜਾ ਆਹ ਬੰਦਾ ਆ ਜਿਹੜਾ ਗਲਾਸ ਵਾਲਾ ਆ, ਇਹ ਮੀਡੀਆ ਸਾਹਮਣੇ ਆਣ, ਉਹ ਕਹਿੰਦਾ ਮੈਂ ਨੀ ਆਣਾ, ਮੈਂ ਸੋਰੀ ਨੀ ਮੰਗਣੀ ਹੈਗੀ ਏਦਾਂ ਓਦਾਂ, ਤੇ ਇਹਦੇ ਤੇ ਹਲੇ ਉਹੀ ਚੱਲਦਾ ਪਿਆ। ਮੈਂ ਪਹਿਚਾਣ ਲਿਆ ਆ, ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਹਿਚਾਣ ਲਿਆ ਵਾ, ਉਹ ਮੁੰਡਾ ਇਹਨਾਂ ਨੇ ਫੜ ਲਿਆ ਆ। ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਹੋ ਉਹ ਨਹੀਂ ਸੀ, ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ? ਆਪਣੇ ਤੌਰ ਤੇ ਫੜਿਆ ਸੀ ਨਾ, ਜਗਰੂਪ ਫੜਿਆ ਸੀ ਨਾ, ਤੇ ਜਿਹੜਾ ਜਗਰੂਪ ਨੂੰ ਪੁੱਛਿਆ ਅੱਗੇ ਉਹਨਾਂ ਦਾ ਦੋਸਤ ਹੀ ਸੀਗਾ ਅੱਗੇ ਉਹ। ਹਾਂ, ਉਹ ਜਿਹੜਾ ਮੁੰਡਾ ਵਾ ਇੱਦਾਂ ਕਹਿੰਦਾ ਉਹਦੀ ਮੈਨੂੰ ਪਹਿਚਾਣ ਆ, ਉਹ ਜਿਹੜਾ ਮੁੰਡਾ ਆ ਉਹਦੇ ਉਹ ਹੱਲੇ ਵੀ ਨੀ ਮੰਨ ਰਿਹਾ ਹੈਗਾ ਗੱਲ। ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ, ਤੁਸੀਂ ਇਹ ਤੋਂ ਇਨਕਾਰ ਕਰਦੇ ਹੋ? ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ, ਪਰ ਉਹ ਖੁਦ ਮੰਨਦਾ ਵਾ ਵੀ ਜਗਰੂਪ ਨੇ ਪੈਸੇ ਸਿੱਟੇ ਸੀਗੇ, ਸਟੇਜ ਤੇ ਆ ਕੇ ਸਿੱਟੇ ਸੀਗੇ। ਹਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ। ਹਾਂਜੀ, ਜਗਰੂਪ ਨੇ ਕੋਈ ਪ੍ਰੈਸ਼ਰ ਤਾਂ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ? ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ। ਠੀਕ ਹੈ, ਰੱਬ ਉੱਪਰ ਦੇਖਦਾ ਪਿਆ, ਤੁਹਾਡੇ ਸੀਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾ ਆ। ਠੀਕ ਆ, ਤੇ ਜਿਹੜਾ ਕੀ ਕਹਿੰਦੇ ਆ, ਜਗਰੂਪ ਦੀ ਕੋਈ ਗਲਤੀ ਨਹੀਂ ਸੀ। ਜਗਰੂਪ ਨੂੰ ਬਸ ਉਹ ਧਾੜੀਵਾਲ ਨੂੰ ਮੈਂ ਕਿਹਾ ਸੀ ਨਾ, ਜਿਹੜਾ ਡੀਜੇ ਸੀ, ਪਛਾਣ ਕਰ ਦੋ ਉਸ ਮੁੰਡੇ ਦੀ ਬਸ, ਤੇ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ। ਹਾਂ ਬਿਲਕੁਲ ਲੜੂੰਗੀ, ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ, ਕਹਿੰਦਾ ਮੇਰੀ ਫੈਮਿਲੀ ਦੇਖੂਗੀ, ਇਹ ਦੇਖੂਗੀ। ਉਹਨੂੰ ਉਦਣ ਨਹੀਂ ਪਤਾ ਲੱਗਾ ਜਿੱਦਣ ਮੇਰੇ ਗਲਾਸ ਮਾਰਿਆ ਸੀ, ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ। ਆਫ ਕੈਮਰਾ ਮਾਫੀ ਮੰਗ ਲਈ? ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ, ਪਰ ਮੈਂ ਕਹਿੰਦੀ ਹਾਂ ਕਿ ਚਲੋ ਏਦਾਂ ਨਹੀਂ ਹੋਣਾ ਚਾਹੀਦਾ ਹਨਾ, ਜੋ ਕੁਛ ਹੋਇਆ ਜਲੂਸ ਨਿਕਲਿਆ ਵਾ, ਤੇ ਫਿਰ ਤੂੰ ਬੰਦਿਆਂ ਨੂੰ ਮਾਫੀ ਮੰਗ ਲਾ ਹਨਾ। ਤੁਸੀਂ ਕਹਿੰਦੇ ਹੋ ਮੈਂ ਗਲਤ ਗਿਆ ਹਨਾ, ਤੂੰ ਕਿ ਛੋਟਾ ਹੋ ਜਾਏਗਾ ਇਸ ਚੀਜ਼ ਦੇ ਵਿੱਚ, ਸਮਾਜ ਅੱਗੇ ਆ ਕੇ ਮਾਫੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।